ਉਧਰ ਕਪੂਰਥਲਾ ਦੇ ਹਲਕਾ ਸੁਲਤਾਨਪੁਰ ਲੋਧੀ ਵਿੱਚ ਬਿਆਸ ਦਰਿਆ ਦਾ ਪਾਣੀ ਦਾ ਪੱਧਰ ਵਧਣ ਦੇ ਕਾਰਨ ਜ਼ਿਲ੍ਹਾ ਕਪੂਰਥਲਾ ਦੇ ਕਿਸਾਨਾਂ ਦੀ ਤਬਾਹ ਹੋਈ ਫਸਲ ਦਾ ਜਾਇਜ਼ਾ ਲੈਣ ਲਈ ਕਾਂਗਰਸ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਅੱਜ ਸੁਲਤਾਨਪੁਰ ਲੋਧੀ ਪਹੁੰਚੇ। ਇਸ ਤੋਂ ਪਹਿਲਾਂ ਜਾਖੜ ਨੇ ਕਪੂਰਥਲਾ ਦੇ ਗੈਸਟ ਹਾਊਸ ਵਿੱਚ ਕਾਂਗਰਸੀ ਵਰਕਰਾਂ ਦੇ ਨਾਲ ਬੈਠਕ ਵੀ ਕੀਤੀ। ਮੀਡੀਆ ਨਾਲ ਗੱਲ ਕਰਦੇ ਹੋਏ ਜਾਖੜ ਨੇ ਦੱਸਿਆ ਕਿ ਪੰਜਾਬ ਵਿੱਚ ਕਿਸਾਨਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਲਈ ਸੂਬੇ ਦੀ ਸਰਕਾਰ ਨੇ ਟੀ ਹੱਕ ਕਮੇਟੀ ਦਾ ਗਠਨ ਕੀਤਾ ਸੀ, ਜਿਨ੍ਹਾਂ ਤੋਂ ਰਿਪੋਰਟ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਮੰਗੀ ਸੀ, ਜੋ ਅੱਜ ਪੇਸ਼ ਕਰਨੀ ਹੈ। ਉੱਥੇ ਉਹਨਾਂ ਨੇ ਕਈ ਹੋਰ ਮੁੱਦਿਆਂ 'ਤੇ ਵੀ ਜਾਣਕਾਰੀ ਦਿੱਤੀ। ਦੇਖੋ, ਸੁਲਤਾਨਪੁਰ ਲੋਧੀ ਖਡੂਰ ਸਾਹਿਬ ਅਤੇ ਤਰਨ ਤਾਰਨ ਇਲਾਕੇ ਦੇ ਵਿੱਚ ਜਿਹੜਾ ਦਰਿਆ ਦੇ ਵਿੱਚ ਪਾਣੀ ਦੇ ਨਾਲ ਨੁਕਸਾਨ ਹੋਇਆ ਕਿਸਾਨਾਂ ਦਾ, ਅੱਜ ਉਹਨਾਂ ਕਿਸਾਨਾਂ ਦੇ ਨਾਲ ਉਹਨਾਂ ਦੀ ਦੁੱਖ ਸਮੱਸਿਆ ਜਿਹੜੀ ਹੈ ਉਹਨੂੰ ਦੇਖ ਕੇ ਉਹਦਾ ਹੱਲ ਕਰਵਾਉਣ ਵਾਸਤੇ ਉਹਨੂੰ ਲੋਕਾਂ ਨਾਲ ਮਿਲਣ ਵਾਸਤੇ ਹੰਝੂ ਖੂੰਝ ਨਾਲ ਕਰਕੇ ਇੱਕ ਪਾਸੇ ਕਰ ਦੇਣ। ਪੱਕਾ ਕੋ ਇਲਾਜ ਕਰਨ ਵਾਸਤੇ ਹੱਕ ਸਾਹਿਬ ਪੂਰਾ ਜਿੰਨਾ ਵੀ ਟਾਈਮ ਹੈ, ਪਰ ਇਲਾਜ ਪੱਕਾ ਹੋਵੇ ਇਹਦੇ ਵਾਸਤੇ ਕੈਪਟਨ ਸਾਹਿਬ ਦੇ ਆਦੇਸ਼। ਓਬਵੀਅਸਲੀ ਜਿਹੜੀ ਸਮੱਸਿਆ ਲੋਕਾਂ ਦੀ ਉਹਨਾਂ ਨੂੰ ਲਿਜਾ ਕੇ ਰੱਖਾਂਗੇ। ਅੱਜ ਇੱਥੇ ਰਾਣਾ ਗੁਰਜੀਤ ਜੀ ਹੈ ਜੀ, ਉਹਨਾਂ ਨਾਲ ਵੀ ਮਸ਼ਵਰਾ ਕਰਕੇ ਡਾਕਟਰ ਸਾਹਿਬਾਨ ਨਾਲ ਕਰਕੇ ਇਹਦਾ ਕੋਈ ਪੁਖਤਾ ਇਲਾਜ ਹੋ ਸਕੇ, ਕਿਉਂਕਿ ਦਰਿਆ ਦੇ ਵਿੱਚ ਬਰਸਾਤ ਦੇ ਸੀਜ਼ਨ ਦੇ ਵਿੱਚ ਪਾਣੀ ਆਉਂਦਾ ਹੀ ਆਉਂਦਾ। ਸੁਲਤਾਨਪੁਰ ਲੋਧੀ ਤੋਂ ਸੁਰਿੰਦਰ ਬੱਬੂ ਦੇ ਨਾਲ ਬਿਊਰੋ ਰਿਪੋਰਟ, KTV।